ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਟਰੈਵਲਰ ਕਿਕਸ 'ਤੇ ਤੁਹਾਡਾ ਸਵਾਗਤ ਹੈ। ਲਓ ਜੀ, ਬੋਰਡ ਵੇਖ ਕੇ ਤੁਸੀਂ ਸਮਝ ਗਏ ਹੋਵੋਗੇ ਕਿ ਅੱਜ ਆਪਾਂ ਇੱਕ ਨਵੀਂ ਲੋਕੇਸ਼ਨ ਦੇ ਉੱਤੇ ਪਹੁੰਚੇ ਹਾਂ, ਸਜਾੜ ਡੋਮ। ਇਹ ਏਅਰਪੋਰਟ ਰੋਡ ਦੇ ਉੱਤੇ ਬਣਿਆ ਹੋਇਆ ਹੈ ਅਤੇ ਲੋਕੇਸ਼ਨ ਵੇਖੋ ਤੁਸੀਂ ਕਿੰਨੀ ਆਲੀਸ਼ਾਨ ਬਣੀ ਹੋਈ ਆ, ਬਹੁਤ ਮਿਹਨਤ ਕੀਤੀ ਹੋਈ ਆ। ਅਤੇ ਖੈਰ ਜੇ ਆਪਾਂ ਆਰਕੀਟੈਕਚਰ ਦੀ ਗੱਲ ਕਰਦੇ ਹਾਂ ਤਾਂ ਬਹੁਤ ਵਧੀਆ, ਬਹੁਤ ਖੂਬ। ਅਤੇ ਆਪਾਂ ਥੋੜ੍ਹੇ ਟਾਈਮ ਤੱਕ ਇਹਨਾਂ ਦੀ ਕੁਕਿੰਗ ਦਾ ਵੀ ਆਪਾਂ ਅੰਦਾਜ਼ਾ ਲਾ ਲੈਂਦੇ ਕਿਵੇਂ ਆ। ਖੈਰ ਸਿਟਿੰਗ ਪਲੈਨ ਬਹੁਤ ਸੋਹਣਾ ਬਣਾਇਆ ਹੋਇਆ ਹੈ ਅਤੇ ਥੱਲੇ ਵੀ ਜਿਹੜੀ ਚਿਪਸ ਵਗੈਰਾ ਪਾਈ ਹੋਈ ਆ, ਜਿਹਦੇ ਨਾਲ ਹੋਰ ਵੀ ਵਧੀਆ ਫੀਲਿੰਗ ਆ ਰਹੀ ਹੈਗੀ। ਖੈਰ ਬਹੁਤ ਵਧੀਆ ਲੋਕੇਸ਼ਨ ਹੈਗੀ, ਈਵਨਿੰਗ ਟਾਈਮ ਸਪੈਂਡ ਕਰਨ ਦੇ ਲਈ ਤਾਂ ਬਹੁਤ ਵਧੀਆ। ਚਲੋ ਹੁਣ ਆਪਾਂ ਲੋਕੇਸ਼ਨ ਕਿੱਥੇ ਬਣੀ ਹੋਈ ਇਹਦੀ ਵੀ ਆਪਾਂ ਗੱਲ ਕਰ ਲੈਂਦੇ ਹਾਂ। ਸਜਾੜ ਡੋਮ ਜਿਹੜਾ ਹੈਗਾ ਏਅਰਪੋਰਟ ਰੋਡ ਦੇ ਉੱਤੇ ਆ ਅਤੇ ਇਹਨੂੰ ਸਹੀ ਜਿਹੜਾ ਰੋਡ ਆ ਆਉਣ ਦਾ, ਜਿਹੜਾ ਸਹੀ ਕਨੈਕਟਿੰਗ ਰੋਡ ਆ ਆਉਣ ਦਾ ਤਰੀਕਾ ਹੈਗਾ, ਜਿਹੜਾ ਗੋਪਾਲ ਖਰੜ ਦੇ ਵਿੱਚ ਬਣਿਆ ਹੋਇਆ ਏਅਰਪੋਰਟ ਰੋਡ ਜਿੱਥੇ ਖਤਮ ਹੁੰਦੀ ਹੈਗੀ ਅਤੇ ਜਿੱਥੇ ਤੁਸੀਂ ਕਹਿ ਲਓ ਵੀ ਖਰੜ ਲੁਧਿਆਣਾ ਰੋਡ ਸ਼ੁਰੂ ਹੁੰਦੀ ਆ, ਰੋਪੜ ਵਾਲਾ ਰੋਡ, ਉਹਦੇ ਥੱਲੇ ਦੀ ਆਪਾਂ ਸਿੱਧਾ ਨਿਕਲ ਆਵਾਂਗੇ ਤਾਂ ਉਹ ਰੋਡ ਅੱਗੇ ਜਾ ਕੇ ਸਜਾੜ ਡੋਮ ਪਹੁੰਚ ਜੂਗਾ ਅਤੇ ਲੈਫਟ ਹੈਂਡ ਸਾਈਡ ਦੇ ਉੱਤੇ ਥੱਲੇ ਨੀਵੀਂ ਜਗ੍ਹਾ ਦੇ ਉੱਤੇ ਬਣਿਆ ਹੋਇਆ ਅਤੇ ਬਹੁਤ ਵਧੀਆ ਪਲੇਸ ਹੈਗੀ। ਅਤੇ ਖੈਰ ਜਿੰਨੀ ਸਿਫਤ ਕਰੀਏ ਉੱਨੀ ਥੋੜ੍ਹੀ ਹੈਗੀ, ਜਿੰਨਾ ਵਧੀਆ ਇਹਨੂੰ ਆਰਕੀਟੈਕਟ ਕੀਤਾ ਹੋਇਆ। ਅਤੇ ਸਭ ਤੋਂ ਵੱਡੀ ਗੱਲ, ਜਿੰਨੀ ਇਹਦੀ ਓਪਨ ਦੇ ਵਿੱਚ ਸਾਂਭ ਸੰਭਾਲ ਕੀਤੀ ਗਈ ਹੈਗੀ, ਉਹ ਉਦੋਂ ਵੀ ਕਾਬਲੇ ਤਾਰੀਫ ਆ। ਲਓ ਆਪਾਂ ਤੁਹਾਡੇ ਨਾਲ ਸਾਰੇ ਵਿਊ ਸਾਂਝੇ ਕਰਾਂਗੇ। ਆਪਾਂ ਇੱਕ ਵਾਰੀ ਇਨਡੋਰ ਰੈਸਟੋਰੈਂਟ ਦਾ ਵੀ ਹਾਲ ਦੇਖ ਲੈਂਦੇ ਵੀ ਅੰਦਰੋਂ ਕਿਵੇਂ ਆ। ਲਓ ਵੀ ਝੂਮਰ ਬਹੁਤ ਸੋਹਣਾ ਲੱਗਾ ਹੋਇਆ, ਲਾਈਟਿੰਗ ਬਹੁਤ ਸੋਹਣੀ ਆ, ਕਰਟਨਸ ਵਗੈਰਾ ਵੀ ਇਕੱਠੇ ਕਰਕੇ ਬਹੁਤ ਖੂਬ। ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਵੀ ਜਿਹੜਾ ਫਰਨੀਚਰ ਹੈਗਾ ਉਹ ਵਾਈਟ ਯੂਜ਼ ਕੀਤਾ ਗਿਆ, ਮਤਲਬ ਹਰ ਚੀਜ਼ ਵਾਈਟ ਯੂਜ਼ ਕੀਤੀ ਹੋਈ ਆ ਵੁਡਨ ਟੇਬਲਸ ਦੇ ਨਾਲ, ਪਲੇਟਸ ਵਗੈਰਾ ਅਤੇ ਗਲਾਸ ਵਗੈਰਾ ਬਹੁਤ ਵਧੀਆ ਨੇਗੇ, ਹੱਥ ਵਿੱਚ ਫੜ ਕੇ ਪੂਰੀ ਫੀਲਿੰਗ ਆਉਂਦੀ ਆ। ਅਤੇ ਲਓ ਆਪਾਂ ਇੱਕ ਲੈਂਦੇ ਹਾਂ 360 ਵਿਊ ਅਤੇ ਆਪਾਂ ਨੂੰ ਬਾਹਰ ਜਿਹੜੀ ਫੋਗ ਪੈ ਚੁੱਕੀ ਆ ਅਤੇ ਉਹਦੇ ਕਰਕੇ ਇਸ ਤਰ੍ਹਾਂ ਫੀਲ ਆ ਰਿਹਾ ਜਿਵੇਂ ਆਪਾਂ ਪਹਾੜਾਂ ਦੇ ਵਿੱਚ ਹੋਈਏ। ਖੈਰ ਫੋਗ ਪੈ ਚੁੱਕੀ, ਆਪਾਂ ਥੋੜ੍ਹਾ ਜਿਹਾ ਲੇਟ ਹੋ ਗਏ, ਥੋੜ੍ਹਾ ਜਿਹਾ ਪਹਿਲਾਂ ਆ ਜਾਂਦੇ ਆਪਾਂ ਪਹੁੰਚ ਜਾਂਦੇ ਤਾਂ ਆਪਾਂ ਤੁਸੀਂ ਕਹਿ ਲਓ ਵੀ ਬਹੁਤ ਹੋਰ ਹੀ ਤਰ੍ਹਾਂ ਦਾ ਨਜ਼ਾਰਾ ਵੇਖਣਾ ਸੀਗਾ, ਕਿਉਂਕਿ ਸਨਸ਼ਾਈਨ ਦੇ ਵਿੱਚ ਜਿਹੜਾ ਵਾਈਟ ਵਾਈਟ ਜਿਹੜਾ ਚਮਕ ਦਮਕ ਆ ਉਹ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਖੈਰ ਹੁਣ ਵੀ ਚਲੋ ਆਪਣਾ ਕੋਸ਼ਿਸ਼ ਆ ਵੀ ਕੈਮਰਾ ਜਿਹੜਾ ਹਰ ਲੋਕੇਸ਼ਨ ਨੂੰ ਕੈਪਚਰ ਕਰੇ, ਤਾਂ ਇਹ ਵੀਕਐਂਡਸ ਲਈ ਇੱਥੇ DJ ਵਗੈਰਾ ਦੇ ਲਈ ਆ ਸਟੇਜ ਬਣਿਆ ਹੋਇਆ। ਅਤੇ ਲਓ ਆਪਾਂ ਮੈਨਿਊ ਨੂੰ ਕਰਦੇ ਹਾਂ ਚੈੱਕ ਅਤੇ ਥੋੜ੍ਹਾ ਬਹੁਤਾ ਦਿੰਦੇ ਹਾਂ ਔਡਰ, ਭੁੱਖ ਲੱਗ ਗਈ ਆ, ਥੋੜ੍ਹਾ ਬਹੁਤਾ ਖਾਂਦੇ ਹਾਂ ਕਿ ਕੁਛ ਡਰਿੰਕਸ ਵਗੈਰਾ ਲੈ ਲੈਂਦੇ ਹਾਂ ਅਤੇ ਕੁਛ ਲਾਈਟ ਜਿਹਾ ਖਾਣ ਨੂੰ ਮੰਗਾ ਲੈਂਦੇ ਹਾਂ। ਅਤੇ ਪਿੱਛੇ ਜਿਹੜੀ ਬਾਰ ਬਣੀ ਹੋਈ ਹੈ ਨਾ, ਇਹ ਤਾਂ ਇੱਕ ਵੱਖਰਾ ਹੀ ਨਜ਼ਾਰਾ। ਅਤੇ ਆਹ ਜਿਹੜਾ ਇਹਨਾਂ ਨੇ ਆਪਾਂ ਨੂੰ ਕੋਲੇ ਬਾਲ ਕੇ ਦੇਤੇ, ਕੜਾਹੀ ਦੇ ਵਿੱਚ ਪਾ ਕੇ ਅਤੇ ਸਟੈਂਡ 'ਤੇ ਰੱਖ ਕੇ, ਇਹ ਤਾਂ ਹੋਰ ਵੀ ਨਜ਼ਾਰਾ। ਲਓ ਆ ਜਾਓ, ਤੁਹਾਡੇ ਨਾਲ ਮੈਨਿਊ ਜਿਹੜਾ ਆਪਾਂ ਸ਼ੇਅਰ ਕਰਦੇ ਹਾਂ ਅਤੇ ਫੋਨ ਨੰਬਰ ਵੀ ਤੁਸੀਂ ਨੋਟ ਕਰ ਲਿਓ। ਅਤੇ ਕਾਈਂਡਲੀ ਇੱਕ ਰਿਕੁਐਸਟ ਆ ਵੀ ਜਿਸ ਤਰ੍ਹਾਂ ਕਿ ਤੁਸੀਂ ਮੈਨਿਊ ਨੂੰ ਸਟੱਡੀ ਕਰ ਰਹੇ ਹੋ, ਪੜ੍ਹ ਰਹੇ ਹੋ, ਤਾਂ ਜਿੱਥੇ ਤੁਹਾਨੂੰ ਜ਼ਰੂਰਤ ਹੋਈ ਮੈਂ ਆਰਾਮ ਦੇ ਨਾਲ ਪੇਜ ਆ ਜਿਹੜੇ ਉਹ ਪਲਟਦਾ ਰਹੂੰਗਾ, ਤੁਸੀਂ ਉਹਨੂੰ ਵੀਡੀਓ ਨੂੰ ਪੌਜ਼ ਕਰਕੇ ਤੁਸੀਂ ਮੈਨੂੰ ਆਰਾਮ ਨਾਲ ਪੜ੍ਹ ਸਕਦੇ ਹੋ ਅਤੇ ਪ੍ਰਾਈਸ ਵੀ ਦੇਖ ਸਕਦੇ ਹੋ, ਰੇਟ ਵੀ ਵੇਖ ਸਕਦੇ ਹੋ। ਲਓ ਜੀ, ਆਪਾਂ ਤੁਹਾਡੇ ਨਾਲ ਡਰਿੰਕਸ ਮੈਨੂੰ ਵੀ ਸ਼ੇਅਰ ਕਰਦੇ ਹਾਂ। ਅਤੇ ਸਭ ਤੋਂ ਵਧੀਆ ਗੱਲ ਵੀ ਜਿਹੜਾ ਮੇਰਾ ਹਮੇਸ਼ਾ ਸ਼ੁਰੂ ਤੋਂ ਰਹਿੰਦਾ ਵੀ ਆਪਾਂ ਮੌਕਟੇਲਸ ਟਰਾਈ ਕਰਦੇ ਹਾਂ। ਮੌਕਟੇਲ ਅਤੇ ਕੋਕਟੇਲਸ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ, ਕੋਕਟੇਲਸ ਵਿੱਚ ਅਲਕੋਹਲ ਯੂਜ਼ ਹੁੰਦੀ ਆ ਅਤੇ ਮੌਕਟੇਲਸ ਦੇ ਵਿੱਚ ਅਲਕੋਹਲ ਨਹੀਂ ਹੁੰਦੀ, ਬਾਕੀ ਤਕਰੀਬਨ ਜਿਹੜੇ ਟੇਸਟ ਆ ਮੋਸਟਲੀ ਸੇਮ ਹੀ ਹੁੰਦੇ ਆ। ਅਤੇ ਆਪਾਂ ਕੋਕਟੇਲਸ ਨਹੀਂ ਯੂਜ਼ ਕਰਦੇ ਗੇ ਅਤੇ ਆਪਾਂ ਮੌਕਟੇਲ ਯੂਜ਼ ਕਰਾਂਗੇ, ਦੇਖਦੇ ਹਾਂ ਵਧੀਆ ਜਿਹਾ ਮੌਕਟੇਲ ਕਿਹੜਾ ਬਣਾਉਂਦੇ ਆ।
ਤੁਸੀਂ ਇੱਥੋਂ ਵੋਡਕਾ, ਜਿੰਨ, ਰਮ, ਟਕੀਲਾ ਦੇ ਜਿਹੜੇ ਪ੍ਰਾਈਸਿਸ ਆ ਉਹ ਚੈੱਕ ਕਰ ਸਕਦੇ ਹੋਗੇ। ਸ਼ਪੈਂਜੀ ਵਾਈਨ ਡੋਮੈਸਟਿਕ ਬੀਅਰ ਪੁਆਇੰਟ। ਲਓ ਜੀ, ਮੈਨੂ ਵਾਲਾ ਕੰਮ ਹੋ ਗਿਆ ਖਤਮ ਅਤੇ ਟੇਬਲ ਦੀ ਸੈਟਿੰਗ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਕੈਂਡਲ ਲੱਗੀ ਹੋਈ ਆ। ਖੈਰ ਬਹੁਤ ਵਧੀਆ ਫੀਲਿੰਗ ਆ ਰਹੀ ਹੈਗੀ। ਜਿਹੜੇ ਸੋਫੇ ਵੀ ਉਹ ਬਹੁਤ ਵਧੀਆ ਬਣੇ ਹੋਏ ਆ, ਜਿਹਦੇ ਵਿੱਚ ਕਿ ਆਪਾਂ ਨੂੰ ਬੈਠ ਕੇ ਫੀਲਿੰਗ ਆਉਂਦੀ ਆ, ਮਤਲਬ ਕੰਫਰਟੇਬਲ ਤੁਸੀਂ ਬੈਠ ਸਕਦੇ ਹੋ। ਨਹੀਂ ਤਾਂ ਹੁੰਦਾ ਵੀ ਆਪਾਂ ਵਿੱਚ ਵੜ ਕੇ ਜੇ ਬੈਠ ਜਾਂਦੇ ਬੜੇ ਔਖੇ ਹੁੰਦੇ ਹਾਂ। ਫਿਲਹਾਲ ਆਪਾਂ ਚੇਅਰ ਦਾ ਯੂਜ਼ ਕਰਾਂਗੇ। ਅਤੇ ਥੋੜ੍ਹਾ ਜਿਹਾ ਖਾਣ ਦਾ ਡਾਊਟ ਹੋ ਗਿਆ, ਆਪਾਂ ਥੋੜ੍ਹਾ ਚੇਂਜ ਕਰਦੇ ਹਾਂ ਮੈਨਿਊ ਦੇ ਵਿੱਚ। ਲਓ ਜੀ, ਯੈਸ, ਲਓ ਜੀ, ਆਪਣਾ ਜਿਹੜਾ ਮੌਕਟੇਲ ਆ ਉਹ ਤਿਆਰ ਹੈਗਾ। ਅਤੇ ਆਪਾਂ ਇੱਕ ਹੋਰ ਟਰਾਈ ਕਰਦੇ ਹਾਂ, ਕਿਉਂਕਿ ਮੈਨੂੰ ਪਤਾ ਨਹੀਂ ਸੀ ਇਹ ਕਾਫੀ ਛੋਟਾ ਬਣਿਆ ਹੈਗਾ। ਅਤੇ ਪਰ ਆਪਾਂ ਇੱਕ ਹੋਰ ਟਰਾਈ ਕਰਦੇ ਹਾਂ, ਇੱਕ ਹੋਰ ਬਣਵਾਉਂਦੇ ਹਾਂ, ਕਿਉਂਕਿ ਇਹ ਤਾਂ ਕੁਛ ਵੀ ਨਹੀਂ ਗਾ, ਇਨਫ ਬਹੁਤ ਥੋੜ੍ਹਾ ਹੈਗਾ ਕੁਆਂਟਿਟੀ ਦੇ ਵਿੱਚ। ਜਸਟ ਲਾਈਕ ਇਹ ਟੇਸਟ ਲਈ ਵਧੀਆ ਲੱਗ ਰਿਹਾ ਮੈਨੂੰ। ਲੈ ਵੀ ਬਹੁਤ ਕਰੋਸਟੀ ਹੋ ਰਹੀ ਹੈ ਜੀ ਹੁਣ ਤਾਂ। ਇਹ ਕਿਆ ਬਾਤ ਆ, ਫੁੱਲ ਕੈਂਟ। ਕਿਆ ਬਾਤ ਆ। ਲਓ ਵੀ ਇਹੋ ਜਿਹੇ ਡਰਿੰਕਸ ਪੀਣ ਵਾਸਤੇ ਆਪਾਂ ਨੂੰ ਇੱਥੇ ਆਉਣਾ ਹੀ ਪੈਣਾ ਹੈਗਾ। ਯੈਸ, ਥੈਂਕ ਯੂ। ਲਓ ਜੀ, ਆਪਾਂ ਇੱਕ ਔਰੇਂਜ ਦੇ ਵਿੱਚ ਵੀ ਟਰਾਈ ਕਰਦੇ ਹਾਂ ਮੌਕਟੇਲ ਜਿਹੜਾ ਹੈਗਾ। ਇਹ ਵੀ ਆਪਣਾ ਬਣ ਕੇ ਤਿਆਰ ਹੋ ਚੁੱਕਿਆ ਹੈਗਾ। ਓ ਕਿਆ ਬਾਤ ਹੈ, ਯੈਸ, ਥੈਂਕ ਯੂ। ਲਓ ਜੀ, ਆਪਾਂ ਬਾਰ ਦਾ ਜਿਹੜਾ ਇੱਕ ਜਿਹੜਾ ਵਿਊ ਆ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਰਾਊਂਡ ਸ਼ੇਪ ਦੇ ਵਿੱਚ ਆ, ਜਿੱਥੋਂ ਤੁਸੀਂ ਆਪਣੇ ਕੋਕਟੇਲਸ ਅਤੇ ਮੌਕਟੇਲਸ ਬਣਵਾ ਕੇ ਲੈ ਸਕਦੇ ਹੋ। ਫਿਰ ਬਹੁਤ ਹੀ ਜ਼ਿਆਦਾ ਅਟਰੈਕਟਿਵ ਹੈਗੀ, ਗੋਲਡਨ ਗੋਲਡਨ ਲੱਗ ਰਹੀ ਆ ਵਾਈਟ ਦੇ ਵਿੱਚ। ਜਿਹੜਾ ਬਾਹਰ ਦਾ ਵਿਊ ਆ, ਵਾਈਟ ਵਾਲੇ ਜਿਹੜੇ ਆਪਣੇ ਬਾਹਰ ਕੈਬਿਨਸ ਬਣੇ ਹੋਏ ਹੈਗੇ, ਉਹਨਾਂ ਦੇ ਵਿੱਚ ਬੜਾ ਘੈਂਟ ਲੱਗ ਰਿਹਾ। ਯੈਸ, ਅਲਟੀਮੇਟ। ਲਓ ਜੀ, ਮੈਂ ਆਪਣੇ ਡਰਿੰਕਸ ਜਿਹੜੇ ਆ ਉਹ ਕਰ ਰਿਹਾ ਹੈਗਾ ਇੰਜੋਏ। ਅਤੇ ਮੈਂ ਜਾਂਦੇ ਜਾਂਦੇ ਤੁਹਾਨੂੰ ਫਿਰ ਰਿਕੁਐਸਟ ਕਰੂੰਗਾ, ਕਾਈਂਡਲੀ ਜੇ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਜ਼ਰੂਰ ਕਰਿਆ ਕਰੋ, ਲਾਈਕ ਜ਼ਰੂਰ ਕਰਿਆ ਕਰੋ ਅਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ। ਅਤੇ ਆਪਾਂ ਜਲਦੀ ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ ਅਤੇ ਨਵੀਂ ਲੋਕੇਸ਼ਨ ਦੇ ਨਾਲ। ਬਣੇ ਰਹੋ, ਜੁੜੇ ਰਹੋ, ਤੁਹਾਡੇ ਸਾਥ ਦੀ ਹਮੇਸ਼ਾ ਲੋੜ ਰਹੂਗੀ ਆਪਾਂ ਨੂੰ। ਮਿਲਦੇ ਹਾਂ ਜਲਦੀ, ਉਦੋਂ ਤੱਕ ਲਈ ਤੁਹਾਨੂੰ ਬਹੁਤ ਸਾਰਾ ਪਿਆਰ ਅਤੇ ਸਤਿ ਸ਼੍ਰੀ ਅਕਾਲ।